ਬਾਕੂ ਭਾਅ ਜੀ, ਇੱਕ ਚੀਜ਼ ਹੈ ਕਿ ਜਿਹੜਾ ਲਖੀਮਪੁਰ ਦੇ ਵਿੱਚ ਜੋ ਇੰਸੀਡੈਂਟ ਹੋਇਆ, ਇੱਕ ਵਰਦੀਧਾਰੀ ਦੇ ਵੱਲੋਂ, ਕਨਸਟੀਟਿਊਸ਼ਨ ਤਾਂ ਇਹਦੀ ਆਜ਼ਾਦੀ ਨਹੀਂ ਦਿੰਦਾ ਨਾ। ਇਸ ਸੰਵਿਧਾਨ ਨੂੰ ਇਹ ਮੰਨਦੇ ਹੁੰਦੇ ਕਿ ਸੰਵਿਧਾਨ ਇਸ ਗੱਲ ਦੀ ਆਜ਼ਾਦੀ ਦਿੰਦਾ ਵੀ ਇੱਕ ਪ੍ਰੋਟੈਸਟ ਕਰਨ ਵਾਲਿਆਂ ਨੂੰ, ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਨੇ, ਕਿ ਤੁਸੀਂ ਉਹਨਾਂ ਨੂੰ ਆਤੰਕਵਾਦੀ ਕਹਿ ਦਿਓ। ਜਿਨ੍ਹਾਂ ਨੇ ਵਰਦੀ ਪਾਉਣ ਵੇਲੇ ਸੰਵਿਧਾਨ ਦੀ ਕਸਮ ਚੁੱਕੀ ਹੋਵੇ, ਉਹੀ ਧੱਜੀਆਂ ਡਾਉਣ ਲੱਗ ਪੈਣ, ਤਾਂ ਫਿਰ ਅੰਦਾਜ਼ਾ ਲਓ ਕਿ ਆਪਾਂ ਖੜ੍ਹੇ ਕਿੱਥੇ ਗਏ ਹਾਂ। ਤਾਂ ਹੀ ਉਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦੇ ਕੇ ਤਿਲਕ ਅਤੇ ਜੰਝੂ ਬਚਾਇਆ ਹੋਵੇ, ਕਿਸੇ ਦਾ ਧਰਮ ਬਚਾਇਆ ਹੋਵੇ, ਕਿਸੇ ਦੀ ਧਾਰਮਿਕ ਆਜ਼ਾਦੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੋਵੇ, ਅਤੇ 84 ਦੇ ਦੌਰਾਨ ਉਸ ਅਸਥਾਨ ਨੂੰ ਵੀ ਅੱਗ ਲਾ ਦੇਣ, ਅਤੇ ਫਿਰ ਮੈਨੂੰ ਇਹ ਬਿਆਨ ਦੇ ਕੇ ਚੇਤੇ ਕਰਵਾਉਣਾ ਪੈਂਦਾ। ਜਦੋਂ ਇਹੋ ਜਿਹੇ ਆਤੰਕਵਾਦੀ ਕਹਿ ਦਿੰਦੇ ਨੇ ਸਿੱਖਾਂ ਨੂੰ, ਫਿਰ ਮੈਨੂੰ ਇਹ ਚੇਤੇ ਕਰਵਾਉਣਾ ਪੈਂਦਾ ਵੀ ਤੁਹਾਡੀ ਹਿਸਟਰੀ ਆ ਹੈ। ਅਸੀਂ ਤਿਲਕ ਅਤੇ ਜੰਝੂ ਨਹੀਂ ਲਾਉਂਦੇ, ਅਸੀਂ ਉਹਨਾਂ ਦੀ ਮਰਿਆਦਾ ਫੋਲੋ ਨਹੀਂ ਕਰਦੇ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੈਨੂੰ ਧਾਰਮਿਕ ਆਜ਼ਾਦੀ ਹੈ ਆਪਣੇ ਇਸ਼ਟ ਦੇਵ ਦੀ ਪੂਜਾ ਕਰਨ ਦੀ, ਆਪਣੇ ਧਾਰਮਿਕ ਗ੍ਰੰਥ ਪੜ੍ਹਨ ਦੀ, ਆਪਣੇ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਦੀ। ਜੇ ਤੇਰੀ ਧਾਰਮਿਕ ਆਜ਼ਾਦੀ ਦੇ ਉੱਪਰ ਕੋਈ ਰੋਕ ਲਾਉਂਦਾ, ਮੈਂ ਤੇਰੀ ਆਵਾਜ਼ ਬਣਾਂਗਾ। ਕੀ ਇਸ ਮੇਚ ਦੀ ਸ਼ਹਾਦਤ ਦੁਨੀਆ 'ਤੇ ਕੋਈ ਹੈ ਤਾਂ ਮੈਨੂੰ ਦੱਸੋ। ਇਸ ਤੋਂ ਵੱਡੀ ਹਿਊਮਨ ਰਾਈਟ ਦੀ ਕੋਈ ਐਗਜ਼ਾਮਪਲ ਹੈ ਤਾਂ ਦੱਸੋ। ਮਨੁੱਖੀ ਅਧਿਕਾਰਾਂ ਦੀ ਕੋਈ ਇਹੋ ਜਿਹੀ ਉਦਾਹਰਣ ਕੋਈ ਪੇਸ਼ ਕਰ ਸਕਦਾ ਤਾਂ ਦੱਸੋ। ਆਪਣੇ ਧਰਮ ਦੀ ਖਾਤਰ ਹਰਵਿੰਦਰ ਜੀ ਦੁਨੀਆ ਮਰਦੀ ਆਈ ਹੈ, ਪਰ ਕਿਸੇ ਦੂਜੇ ਧਰਮ ਦੀ ਖਾਤਰ, ਉਹਦੇ ਅਸੂਲਾਂ ਦੀ ਖਾਤਰ ਆਪਣੀ ਸ਼ਹਾਦਤ ਦੇ ਦੇਣੀ ਹੈ ਤਾਂ ਸਿੱਖਾਂ ਦੀ ਝੋਲੀ ਦੇ ਵਿੱਚ ਪਿਆ ਨਾ। ਅਤੇ ਵਰਦੀਧਾਰੀ ਜਿਹੜੇ ਵੀਰ ਇਸ ਤਰੀਕੇ ਦੇ ਬਿਆਨ ਦਿੰਦੇ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਜਿਹਨਾਂ ਨੂੰ ਅੱਤਵਾਦੀ ਕਹਿ ਰਿਹਾ ਨਾ, ਇਹਨਾਂ ਦੀ ਇੱਕ ਵਾਰੀ ਹਿਸਟਰੀ ਮਾੜੀ ਜਿਹੀ ਫਰੋਲ ਕੇ ਅਤੇ ਵੇਖ ਕੇ ਕੌਣ ਲੋਕ ਨੇ। ਜਦੋਂ ਰਾਜ ਕਰਦੇ ਨੇ ਅਤੇ ਇਹਨਾਂ ਦੇ ਰਾਜ ਦੇ ਵਿੱਚ ਇੱਕ ਵੀ ਰੇਪ ਨਹੀਂ, ਇਹਨਾਂ ਦੇ ਰਾਜ ਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ, ਇਹਨਾਂ ਦੇ ਰਾਜ ਦੇ ਵਿੱਚ ਕਿਸੇ ਮੰਦਰ ਮਸਜਿਦ ਦੀ ਬੇਅਦਬੀ ਨਹੀਂ, ਅਤੇ ਜਿਸ ਤਰਾਈ ਦੇ ਇਲਾਕੇ ਵਿੱਚ ਬਿਆਨ ਦੇ ਰਿਹਾ ਨਾ, ਉਹ ਤਰਾਈ ਦਾ ਇਲਾਕਾ ਪੈ ਜਾਂਦਾ, ਲਖੀਮਪੁਰ ਖੀਰੀ ਵਾਲਾ ਪਾਸਾ ਪੈ ਜਾਂਦਾ, ਤਰਾਈ ਦਾ ਇਲਾਕਾ ਬੋਲਦੇ ਨੇ। ਮੈਂ ਉੱਥੇ ਕਥਾ ਸਮਾਗਮਾਂ ਦੇ ਲਈ ਜਾਣਾ ਵਾਂ, ਉਸ ਇਲਾਕੇ ਨੂੰ ਆਬਾਦ ਕਰਨ ਵਾਲੇ ਵੀ ਸਿੱਖ ਨੇ। ਸਿੱਖਾਂ ਦਾ ਭਾਰਤ ਦੀ ਹਰ ਖੁਸ਼ਹਾਲੀ ਦੇ ਵਿੱਚ ਯੋਗਦਾਨ, ਇਹਦੀ ਆਜ਼ਾਦੀ ਦੇ ਵਿੱਚ ਯੋਗਦਾਨ, ਹਰ ਚੀਜ਼ ਦੇ ਵਿੱਚ ਇਹਨਾਂ ਨੇ ਯੋਗਦਾਨ ਪਾਇਆ। ਅਤੇ ਜਦੋਂ ਇਹੋ ਜਿਹਾ ਮੂਰਖ ਬੰਦਾ ਇਹ ਬਿਆਨ ਦਿੰਦਾ, ਤਾਂ ਸਰਕਾਰ ਨੂੰ ਚਾਹੀਦਾ ਵਰਦੀ ਲੈ ਕੇ ਅਤੇ ਘਰ ਤੋਰਿਆ ਜਾਵੇ। ਤੂੰ ਵਰਦੀ ਪਾ ਕੇ ਇੱਕ ਕਮਿਊਨਿਟੀ ਦਾ ਅਪਮਾਨ। ਮੱਕੂ ਭਾਅ ਜੀ, ਇੱਕ ਚੀਜ਼ ਹੈ ਕਿ ਜਿਹੜਾ ਲਖੀਮਪੁਰ ਦੇ ਵਿੱਚ ਜੋ ਇੰਸੀਡੈਂਟ ਹੋਇਆ, ਇੱਕ ਵਰਦੀਧਾਰੀ ਦੇ ਵੱਲੋਂ, ਕਨਸਟੀਟਿਊਸ਼ਨ ਤਾਂ ਇਹਦੀ ਆਜ਼ਾਦੀ ਨਹੀਂ ਦਿੰਦਾ ਨਾ। ਪੂਰਾ ਖਲੈਰਾ ਪਿਆ ਹੋਇਆ, ਜਿੱਧਰ ਦੀ ਵੀ ਇਹ ਵੀਡੀਓ ਜਾਏਗੀ, ਜਿੱਥੇ ਦੀ ਇਹ ਸਾਰੀ ਵਰਡਿੰਗ ਜਾਣੀ ਹੈ, ਇਹਨੇ ਤਾਂ ਖਲੈਰਾ ਹੀ ਪਾਉਂਦੇ ਜਾਣਾ। ਇੱਕ ਪਰਸੈਪਸ਼ਨ ਅੱਗੇ ਜਨਰੇਟ ਹੋਈ ਪਈ ਹੈ, ਅਤੇ ਇਹ ਤਾਂ ਫਿਰ ਤਾਰ ਕਰ ਦੇਣੀ ਹੈ ਸੋਸਾਇਟੀ ਦੇ ਵਿੱਚ, ਜੋ ਆਪਾਂ ਮਿਲਣ ਦੀ ਗੱਲ ਕਰਦੇ ਹਾਂ। ਭਾਅ ਜੀ, ਇੱਥੇ ਤੁਸੀਂ ਗੱਲ ਬਹੁਤ ਸੋਹਣੀ ਕਹੀ ਹੈ। ਅਸਲ ਦੇ ਵਿੱਚ ਸੰਵਿਧਾਨ ਜੇ ਲਿਖਣ ਵਾਲਿਆਂ ਨੇ ਬੇਈਮਾਨੀ ਨਹੀਂ ਕੀਤੀ, ਤਾਂ ਉਹਨੂੰ ਲਾਗੂ ਕਰਨ ਵਾਲੇ ਬੇਈਮਾਨੀ ਅਵਸ਼ ਕਰਦੇ ਹੁੰਦੇ ਨੇ। ਇੱਥੇ ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ ਚਾਹੁੰਦਾ, ਤੁਸੀਂ ਗੱਲ ਬੜੀ ਸੋਹਣੀ ਸੰਵਿਧਾਨ ਦੀ ਕੀਤੀ ਹੈ, ਤੁਸੀਂ ਵਰਦੀ ਦੀ ਕੀਤੀ ਹੈ, ਤੁਸੀਂ ਪ੍ਰਸ਼ਾਸਨ ਦੀ ਕੀਤੀ ਹੈ। ਜੇ ਸੰਵਿਧਾਨ ਨੂੰ ਇਹ ਮੰਨਦੇ ਹੁੰਦੇ ਕਿ ਸੰਵਿਧਾਨ ਇਸ ਗੱਲ ਦੀ ਆਜ਼ਾਦੀ ਦਿੰਦਾ ਵੀ ਇੱਕ ਪ੍ਰੋਟੈਸਟ ਕਰਨ ਵਾਲਿਆਂ ਨੂੰ, ਜਿਹੜੇ ਪੀਸਫੁਲੀ ਪ੍ਰੋਟੈਸਟ ਕਰਦੇ ਨੇ, ਕੀ ਤੁਸੀਂ ਉਹਨਾਂ ਨੂੰ ਆਤੰਕਵਾਦੀ ਕਹਿ ਦਿਓ? ਜਿਨ੍ਹਾਂ ਨੇ ਵਰਦੀ ਪਾਉਣ ਵੇਲੇ ਸੰਵਿਧਾਨ ਦੀ ਕਸਮ ਚੁੱਕੀ ਹੋਵੇ, ਉਹੀ ਧੱਜੀਆਂ ਡਾਉਣ ਲੱਗ ਪੈਣ, ਤਾਂ ਫਿਰ ਅੰਦਾਜ਼ਾ ਲਓ ਵੀ ਆਪਾਂ ਖੜ੍ਹੇ ਕਿੱਥੇ ਗਏ ਹਾਂ। ਦੂਜੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵਾਂ, ਮੈਂ ਕਹਿਣਾ ਚਾਹੁੰਦਾ ਖਾਸ ਕਰਕੇ ਇਸ ਪੁਲਿਸ ਵਾਲੇ ਵੀਰ ਨੂੰ, ਇਸ ਵਰਦੀਧਾਰੀ ਭਰਾ ਨੂੰ, ਵੀ ਜਿਨ੍ਹਾਂ ਨੂੰ ਤੂੰ ਆਤੰਕਵਾਦੀ ਕਿਹਾ ਨਾ, ਕਦੀ ਆਪਣੇ ਪੁਰਖਿਆਂ ਦੇ ਕੋਲੋਂ, ਆਪਦੇ ਪੁਰਖਿਆਂ ਦੇ ਕੋਲੋਂ, ਆਪਦੇ ਪਿਓ ਕੋਲੋਂ, ਆਪਦੇ ਦਾਦੇ ਕੋਲੋਂ, ਆਪਦੇ ਪੜਦਾਦੇ ਕੋਲੋਂ, ਜਿਹੜੇ ਜਿਉਂਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੀ ਵੀ ਇਹ ਲੋਕ ਕੌਣ ਨੇ। ਆਪਾਂ ਖੜ੍ਹੇ ਹਾਂ ਕਸ਼ਮੀਰ ਦੀ ਧਰਤੀ 'ਤੇ, ਆਪਾਂ ਹੁਣ ਬਾਰਾਮੂਲਾ ਦੀ ਧਰਤੀ 'ਤੇ ਹਾਂ। ਅੰਦਾਜ਼ਾ ਲਾ ਕੇ ਵੇਖਿਆ ਜੇ, ਜਦੋਂ ਇਸੇ ਧਰਤੀ ਦੇ ਉੱਪਰ ਉਸੇ ਵੀਰ ਦੇ ਧਰਮ ਦੇ ਲੋਕ, ਮੈਂ ਕਿੰਤੂ ਨਹੀਂ ਕਰਦਾ ਪਿਆ, ਪਰ ਮੈਂ ਦੱਸਣਾ ਚਾਹੁੰਦਾ ਵਾਂ, ਜਦੋਂ ਧਰਮ ਖਤਰੇ ਵਿੱਚ ਸੀ ਨਾ, ਤਾਂ ਉਹਨਾਂ ਨੂੰ ਸ਼ਾਇਦ ਆਨੰਦਪੁਰ ਤੋਂ ਬਿਨਾਂ ਹੋਰ ਕੋਈ ਦਰਵਾਜ਼ਾ ਨਹੀਂ ਸੀ ਦਿਸਿਆ। ਔਰ ਚੰਗੀ ਗੱਲ ਹੈ, ਮੈਂ ਕਹਿੰਦਾ ਤਾਲਮੇਲ ਬਣਨਾ ਵੀ ਚਾਹੀਦਾ, ਪਰ ਇਹੋ ਜਿਹੇ ਜਿਹੜੇ ਬਿਆਨ ਨੇ, ਜਿਹੜੇ ਸਾਨੂੰ ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ ਹੈ,
ਇਹੋ ਜਿਹੇ ਬਿਆਨ ਸਾਨੂੰ ਨਫ਼ਰਤ ਪੈਦਾ ਕਰਦੇ ਆ ਵੀ ਸਾਨੂੰ 9 ਮਾਸ ਦਾ ਰਿਸ਼ਤਾ ਵੀ ਨਹੀਂ ਚਾਹੀਦਾ। ਇਹੋ ਜਿਹੇ ਬਿਆਨ ਸਾਨੂੰ ਇੱਕ ਅਲੱਗ ਖਿੱਤੇ ਦੀ ਮੰਗ ਕਰਨ ਲਈ ਮਜਬੂਰ ਕਰਦੇ ਨੇ। ਜੇ ਇਹੀ ਬਿਆਨ ਬੜੇ ਮਿੱਠੇ ਹੁੰਦੇ, ਭਾਈਚਾਰੇ ਵਾਲੇ ਹੁੰਦੇ, ਤਾਂ ਕੋਈ ਕਿਵੇਂ ਇਹੋ ਜਿਹੀ ਮੰਗ ਕਰਦਾ। ਜੇ ਇਹ ਮੰਗਾਂ ਉੱਠਦੀਆਂ ਪਈਆਂ ਨੇ ਤਾਂ ਇਹਦਾ ਬੜਾ ਵੱਡਾ ਕਾਰਨ ਹੈ ਵੀ ਸਾਨੂੰ ਅਹਿਸਾਸ ਕਰਵਾਇਆ ਜਾ ਰਿਹਾ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਠੀਕ ਹੈ, ਜੇ ਅਸੀਂ ਅੱਤਵਾਦੀ ਹਾਂ, ਜੇ ਅਸੀਂ ਉਗਰਵਾਦੀ ਹਾਂ, ਜੇ ਅਸੀਂ ਕਿਸੇ ਵੀ ਤਰੀਕੇ ਤੁਹਾਨੂੰ ਲੱਗਦਾ ਪਿਆ ਵੀ ਇੱਕ ਉਹ ਲੋਕ ਆ ਜਿਹੜੇ ਤੁਹਾਡੇ ਮੇਚ ਦੇ ਨਹੀਂ ਆ, ਤਾਂ ਸਾਨੂੰ ਇੱਕ ਅਲੱਗ ਖਿੱਤਾ ਦੇ ਦਿਓ। ਇਹ ਉੱਥੋਂ ਆਵਾਜ਼ਾਂ ਉੱਠਦੀਆਂ ਨੇ। ਹੁਣ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ ਮੈਂ, ਇਸੇ ਧਰਤੀ ਦੇ ਲੋਕਾਂ ਨੂੰ ਜਦੋਂ ਆਪਣਾ ਧਰਮ ਖਤਰੇ ਵਿੱਚ ਨਜ਼ਰ ਆਇਆ, ਆਪਣੇ ਮੰਦਰਾਂ ਦੀ ਮਰਿਆਦਾ ਖਤਰੇ ਵਿੱਚ ਨਜ਼ਰ ਆਈ, ਆਪਣੇ ਤਿਲਕ ਅਤੇ ਜੰਝੂ ਖਤਰੇ ਵਿੱਚ ਆਏ, ਉਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗਏ, ਜਿਨ੍ਹਾਂ ਵਿੱਚੋਂ ਬ੍ਰਹਮਦਾਸ ਦਾ ਪੜਪੋਤਾ ਕਿਰਪਾ ਰਾਮ ਜੀ ਨੇ। ਔਰ ਕਿਰਪਾ ਰਾਮ ਦੱਤ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਂਦੇ ਨੇ, ਆਪਣਾ ਦੁੱਖ ਬਿਆਨ ਕਰਦੇ ਨੇ। ਹੁਣ ਇਹ ਗੱਲਾਂ ਵਾਰ ਵਾਰ ਮੈਨੂੰ ਚੇਤੇ ਕਿਉਂ ਕਰਵਾਉਣੀਆਂ ਪੈਂਦੀਆਂ ਨੇ? ਕਿਉਂਕਿ ਇਹ ਲੋਕ ਭੁੱਲ ਜਾਂਦੇ ਆ, ਇਹ ਲੋਕ ਭੁੱਲਦੇ ਆ। ਤਾਂ ਹੀ ਉਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦੇ ਕੇ ਤਿਲਕ ਅਤੇ ਜੰਝੂ ਬਚਾਇਆ ਹੋਵੇ, ਕਿਸੇ ਦਾ ਧਰਮ ਬਚਾਇਆ ਹੋਵੇ, ਕਿਸੇ ਦੀ ਧਾਰਮਿਕ ਆਜ਼ਾਦੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੋਵੇ, ਅਤੇ 84 ਦੇ ਦੌਰਾਨ ਉਸ ਅਸਥਾਨ ਨੂੰ ਵੀ ਅੱਗ ਲਾ ਦੇਣ, ਅਤੇ ਫਿਰ ਮੈਨੂੰ ਇਹ ਬਿਆਨ ਦੇ ਕੇ ਚੇਤੇ ਕਰਵਾਉਣਾ ਪੈਂਦਾ। ਜਦੋਂ ਇਹੋ ਜਿਹੇ ਆਤੰਕਵਾਦੀ ਕਹਿ ਦਿੰਦੇ ਨੇ ਸਿੱਖਾਂ ਨੂੰ, ਫਿਰ ਮੈਨੂੰ ਇਹ ਚੇਤੇ ਕਰਵਾਉਣਾ ਪੈਂਦਾ ਵੀ ਤੁਹਾਡੀ ਹਿਸਟਰੀ ਆਹ ਹੈ, ਮਰਜ਼ੀ ਨਜ਼ਰ ਮਾਰ ਕੇ ਦੇਖੋ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨਾ ਤਾਂ ਜੰਝੂ ਪਾਉਂਦੇ ਨੇ, ਸਿੱਖ ਜੰਝੂ ਨਹੀਂ ਪਾਉਂਦਾ, ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਤਿਲਕ ਲਾਉਂਦੇ ਨੇ। ਹੁਣ ਇਹ ਤਾਂ ਚੀਜ਼ਾਂ ਅਸੀਂ ਨਹੀਂ ਨਾ ਕਰਦੇ, ਨਾ ਤਾਂ ਅਸੀਂ ਤਿਲਕ ਲਾਉਂਦੇ ਹਾਂ, ਨਾ ਅਸੀਂ ਜੰਝੂ ਪਾਉਂਦੇ ਹਾਂ, ਪਰ ਸਵਾਲ ਪੈਦਾ ਹੋ ਗਿਆ ਫਿਰ ਤਿਲਕ ਅਤੇ ਜੰਝੂ ਦੀ ਖਾਤਰ ਏਡਾ ਵੱਡਾ ਸਟੈਂਡ ਕਿਉਂ? ਉਹਦਾ ਕਾਰਨ ਬੜਾ ਵੱਡਾ। ਇੱਕ ਤਾਂ ਹਰ ਆਏ ਹੋਏ ਫਰਿਆਦੀ ਦਾ ਅਸੀਂ ਦੁੱਖ ਪੁੱਛਦੇ ਹਾਂ, ਨੰਬਰ 1। ਨੰਬਰ 2, ਅਸੀਂ ਤਿਲਕ ਅਤੇ ਜੰਝੂ ਨਹੀਂ ਲਾਉਂਦੇ, ਅਸੀਂ ਉਹਨਾਂ ਦੀ ਮਰਿਆਦਾ ਫੋਲੋ ਨਹੀਂ ਕਰਦੇ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੈਨੂੰ ਧਾਰਮਿਕ ਆਜ਼ਾਦੀ ਹੈ ਆਪਣੇ ਇਸ਼ਟ ਦੇਵ ਦੀ ਪੂਜਾ ਕਰਨ ਦੀ, ਆਪਣੇ ਧਾਰਮਿਕ ਗ੍ਰੰਥ ਪੜ੍ਹਨ ਦੀ, ਆਪਣੇ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਦੀ। ਜੇ ਤੇਰੀ ਧਾਰਮਿਕ ਆਜ਼ਾਦੀ ਦੇ ਉੱਪਰ ਕੋਈ ਰੋਕ ਲਾਉਂਦਾ, ਮੈਂ ਤੇਰੀ ਆਵਾਜ਼ ਬਣਾਂਗਾ। ਸਾਨੂੰ ਸੰਵਿਧਾਨ 'ਚ ਧਾਰਮਿਕ ਆਜ਼ਾਦੀ ਦਿੰਦਾ ਨਾ, ਤੁਹਾਡੇ ਸਿਰ 'ਤੇ ਦਸਤਾਰ ਹੈ, ਧਾਰਮਿਕ ਆਜ਼ਾਦੀ ਹੈ। ਇੱਕ ਮੁਸਲਮਾਨ ਨਮਾਜ਼ ਅਦਾ ਕਰਦਾ ਪਿਆ, ਧਾਰਮਿਕ ਆਜ਼ਾਦੀ ਹੈ। ਇੱਕ ਹਿੰਦੂ ਆਪਣੇ ਮੰਦਰਾਂ ਦੇ ਵਿੱਚ ਜਾ ਰਿਹਾ, ਧਾਰਮਿਕ ਆਜ਼ਾਦੀ ਹੈ। ਬੜਾ ਵੱਡਾ ਕਾਰਨ ਹੈ ਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੀ ਧਾਰਮਿਕ ਆਜ਼ਾਦੀ ਦੀ ਖਾਤਰ ਜੇ ਮੈਨੂੰ ਸ਼ਹਾਦਤ ਵੀ ਦੇਣੀ ਪਈ ਤਾਂ ਮੈਂ ਦਿਆਂਗਾ, ਮੈਂ ਤੇਰੀ ਆਵਾਜ਼ ਬਣਾਂਗਾ। ਦਿੱਲੀ ਦੀ ਧਰਤੀ 'ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਾਂਦੇ ਹੈ, ਔਰ ਆਪਾਂ ਸਾਰਿਆਂ ਨੂੰ ਪਤਾ ਹੈ ਬੜੀ ਵੱਡੀ ਅਦੁੱਤੀ ਸ਼ਹਾਦਤ ਹੁੰਦੀ ਹੈ। ਕਿ ਇਸ ਮੇਚ ਦੀ ਸ਼ਹਾਦਤ ਦੁਨੀਆ 'ਤੇ ਕੋ ਹੈ ਤਾਂ ਮੈਨੂੰ ਦੱਸੋ, ਇਸ ਤੋਂ ਵੱਡੀ ਹਿਊਮਨ ਰਾਈਟ ਦੀ ਕੋਈ ਇਗਜ਼ਾਮਪਲ ਹੈ ਤਾਂ ਦੱਸੋ, ਮਨੁੱਖੀ ਅਧਿਕਾਰਾਂ ਦੀ ਕੋਈ ਇਹੋ ਜਿਹੀ ਉਦਾਹਰਣ ਕੋਈ ਪੇਸ਼ ਕਰ ਸਕਦਾ ਤਾਂ ਦੱਸੋ। ਆਪਣੇ ਧਰਮ ਦੀ ਖਾਤਰ ਹਰਵਿੰਦਰ ਜੀ ਦੁਨੀਆ ਮਰਦੀ ਆਈ ਹੈ, ਪਰ ਕਿਸੇ ਦੂਜੇ ਧਰਮ ਦੀ ਖਾਤਰ, ਉਹਦੇ ਅਸੂਲਾਂ ਦੀ ਖਾਤਰ ਆਪਣੀ ਸ਼ਹਾਦਤ ਦੇ ਦੇਣੀ? ਇਹ ਤਾਂ ਸਿੱਖਾਂ ਦੀ ਝੋਲੀ ਦੇ ਵਿੱਚ ਪਿਆ ਨਾ, ਇਹ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੈ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਜੇ ਇਹਨਾਂ ਨੂੰ ਚੇਤੇ ਹੋਵੇ ਵੀ ਜੇ ਸ਼ਹਾਦਤ ਨਾ ਦਿੱਤੀ ਹੁੰਦੀ ਅੱਜ ਮੰਦਰਾਂ ਵਿੱਚ ਟਲ ਨਾ ਖੜਕਦਾ ਹੁੰਦਾ, ਜੇ ਸ਼ਹਾਦਤ ਨਾ ਦਿੱਤੀ ਹੁੰਦੀ ਅੱਜ ਮੱਥੇ 'ਤੇ ਟਿੱਕਾ ਨਾ ਹੁੰਦਾ, ਗਲ ਦੇ ਵਿੱਚ ਜੰਝੂ ਨਾ ਹੁੰਦਾ, ਇਹ ਲੋਕ ਭੁੱਲ ਚੁੱਕੇ ਨੇ। ਪਰ ਮੈਂ ਤੁਹਾਨੂੰ ਜਲੰਧਰ ਦੀ ਇੱਕ ਉਦਾਹਰਣ ਦੇਣਾ। ਜਲੰਧਰ ਦੇ ਵਿੱਚ ਆ ਗੌਰੀ ਸ਼ੰਕਰ ਮੰਦਰ ਕਮੇਟੀ, ਔਰ ਮੈਂ ਅੱਜ 6ਵੇਂ ਪਾਤਸ਼ਾਹ ਦੇ ਅਸਥਾਨ ਦੇ ਉੱਪਰ ਉਹਨਾਂ ਦੀ ਸੋਚ ਨੂੰ ਸਲਿਊਟ ਵੀ ਕਰਦਾ ਵਾਂ। ਉਹ ਕਹਿੰਦੇ ਜੀ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਪੁਰਬ ਮਨਾਉਣਾ, ਅਤੇ ਉੱਥੇ ਸਿੱਖ ਤਾਲਮੇਲ ਕਮੇਟੀ ਨਾਲ ਉਹਨਾਂ ਨੇ ਸੰਪਰਕ ਕੀਤਾ। ਉਹ ਕਹਿੰਦੇ ਜੀ ਕਿੱਥੇ ਮਨਾਉਣਾ? ਕਹਿੰਦੇ ਮੰਦਰ ਦੇ ਵਿੱਚ ਮਨਾਉਣਾ। ਉਹ ਕਹਿੰਦੇ ਵੀ ਤੁਹਾਨੂੰ ਐਸਾ ਕਿਉਂ ਲੱਗਿਆ? ਉਹ ਕਹਿੰਦੇ ਸਾਨੂੰ ਐਸਾ ਲੱਗਿਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਜੇ ਸ਼ਹਾਦਤ ਨਾ ਦਿੰਦੇ ਅੱਜ ਮੰਦਰ ਦੀ ਮਰਿਆਦਾ 'ਤੇ ਛੱਡੋ ਮੰਦਰ ਦੇ ਵਿੱਚ ਟਲ ਨਾ ਖੜਕਦਾ ਹੁੰਦਾ। ਉਹ ਕਹਿੰਦੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮੰਦਰ ਦੇ ਵਿੱਚ ਮਨਾਵਾਂਗੇ, ਔਰ ਬਕਾਇਦਾ ਉਹਨਾਂ ਨੇ ਮਨਾਇਆ। ਇੱਕ ਹਿੰਦੂ ਵੀਰ ਨੇ ਇੱਕ ਯਾਤਰਾ ਕੱਢੀ ਸੀ, ਉਹਦਾ ਨਾਮ ਸੀ ਰਿਣ ਉਤਾਰ ਯਾਤਰਾ। ਰਿਣ ਕਹਿੰਦੇ ਕਰਜ਼ੇ ਨੂੰ, ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਮੈਂ ਤੁਹਾਡਾ ਰਿਣੀ ਹਾਂ ਜੀ, ਵੀ ਮੈਂ ਤੁਹਾਡਾ ਕਰਜ਼ਾਈ ਹਾਂ।
ਉਹਨੇ ਰਿੰਨ ਉਤਾਰ ਯਾਤਰਾ ਕੱਢੀ ਸੀ ਅਤੇ ਕਿਸੇ ਨੇ ਪੁੱਛਿਆ ਵੀ ਕਿਹੜੀ ਯਾਤਰਾ ਰਿੰਨ ਉਤਾਰ ਯਾਤਰਾ, ਉਹ ਕਹਿੰਦਾ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਜਿੱਥੇ ਸ਼ਹਾਦਤ ਹੋਈ ਹੈ ਅਤੇ ਸ਼ਹਾਦਤ ਤੋਂ ਜਿੱਥੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸੀਸ ਆਇਆ, ਕਹਿੰਦਾ ਮੈਂ ਪੈਦਲ ਯਾਤਰਾ ਕੱਢਣੀ ਚਾਹੁੰਦਾ ਵਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸਾਡੇ ਹਿੰਦੂਆਂ ਦੇ ਸਿਰ 'ਤੇ ਕਰਜ਼ਾ ਹੈ ਅਤੇ ਕਹਿੰਦਾ ਪੈਦਲ ਮਾਰਚ ਕੱਢ ਕੇ ਮੈਂ ਕਰਜ਼ਾ ਲਾਉਣਾ ਚਾਹੁੰਦਾ ਵਾਂ, ਅੰਦਾਜ਼ਾ ਲਾ ਕੇ ਦੇਖੋ। ਅਤੇ ਭਾਈ ਸਾਹਿਬ ਜੀ, ਜਦੋਂ ਮੈਂ ਇਹੀ ਚੀਜ਼ ਮੈਂ ਸੋਚਦਾ ਕਿ ਘੱਟ ਨੂੰ ਪਤਾ ਨਾ, ਹਜੇ ਇਹ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਦੂਜੇ ਸਾਰੇ ਕਮਿਊਨਿਟੀ ਦਾ ਕਿ ਉਸ ਚੀਜ਼ ਨੂੰ ਪ੍ਰਚਾਰ ਅਤੇ ਪ੍ਰਸਾਰ ਕਰਨ, ਕਿ ਆਪਸੀ ਫਲਸਫੇ ਨੂੰ ਕਿਉਂ ਬਦਨਾਮ ਕਰ ਰਹੇ ਹਾਂ ਕਿ ਗੁਲਦਸਤਾ ਹੈ, ਗੁਲਦਸਤੇ ਦੇ ਵਿੱਚ ਤਾਂ ਕਾਫੀ ਕਿਸਮ ਦਾ ਫੁੱਲ ਹੁੰਦਾ ਹੋਏਗਾ, ਹੁਣ ਇੱਕ ਫੁੱਲ ਦੂਜੇ ਫੁੱਲ ਨੂੰ ਦੇਖ ਕੇ ਉਹਨੂੰ ਕਿੱਕ ਆਊਟ ਤਾਂ ਨਹੀਂ ਕਰ ਦਿੰਦਾ ਭਾਅ ਜੀ, ਮੈਂ ਹੀ ਲੱਗਣਾ ਇੱਥੇ। ਇਹ ਗੁਲਦਸਤਾ ਨਾ ਸਾਡਾ ਪੂਰਾ ਸਮਾਜ, ਅਤੇ ਉਹਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਸਮਾਜ ਨੂੰ ਵੀ ਕਿ ਘੱਟ ਤੋਂ ਘੱਟ ਆਪਣੇ ਸਮਾਜ ਦੇ ਸਾਰੇ ਜਿੰਨੇ ਵੀ ਵਿਦਿਆਰਥੀ ਕਹਿ ਸਕਦਾ ਜੋ ਨਵੀਂ ਚੀਜ਼ ਨੂੰ ਆਪਣੇ ਅੰਦਰ ਇਨਵੋਲਵ ਕਰਨ ਦੇ ਲਈ ਸਿੱਖਣ ਲਈ ਆਉਂਦਾ, ਉਹਨੂੰ ਦੱਸਣ ਕਿ ਇਹ ਸਾਡਾ ਫਲਸਫਾ, ਇਹ ਸਾਡਾ ਇਤਿਹਾਸ ਹੈ, ਸਾਡੇ ਜਾਣ ਦਾ ਆਪਾਂ ਕਿਉਂ ਖੇਰੂ ਖੇਰੂ ਕਰ ਰਹੇ ਹਾਂ, ਉਹਨਾਂ ਦੇ ਉੱਪਰ ਕੀ ਮੈਸੇਜ ਹੈ ਤੁਹਾਡਾ? ਭਾਜੀ ਬਿਲਕੁਲ, ਇਹ ਉਹਨਾਂ ਨੂੰ ਚਾਹੀਦਾ ਵੀ ਇਹ ਚੀਜ਼ ਦੱਸੀ ਜਾਵੇ, ਪਰ ਹੁਣ ਗੌਰੀ ਸ਼ੰਕਰ ਮੰਦਿਰ ਕਮੇਟੀ ਨੇ ਇਹ ਕਾਰਜ ਕਰਕੇ ਦੱਸਿਆ, ਜਿਹੜੇ ਰਿੰਨ ਉਤਾਰ ਯਾਤਰਾ ਕਿਸੇ ਵੀਰ ਨੇ ਕੱਢੀ ਹੈ, ਔਰ ਯਾਤਰਾ ਬਹੁਤ ਵੱਡੀ ਸੀ, ਬਹੁਤ ਲੋਕ ਉਹਦੇ ਵਿੱਚ ਸ਼ਾਮਿਲ ਹੋਏ, ਹੈ ਨਾ। ਔਰ ਕਮਾਲ ਦੀ ਗੱਲ ਮੈਂ ਇੱਕ ਹੋਰ ਦੱਸਾਂ ਜਿਹੜੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਵੈਸੇ ਤੁਸੀਂ ਵਿਦਵਾਨ ਪੁਰਸ਼ ਹੋ, ਸੱਜਣ ਹੋ, ਫੋਨ ਚੈਨਲ ਦੇ ਰਾਹੀਂ ਦੁਨੀਆ ਦੇ ਕੋਨੇ ਕੋਨੇ ਵਿੱਚ ਜਾਂਦੇ ਹੋ, ਖਾਸ ਕਰਕੇ ਕਸ਼ਮੀਰ ਦੇ ਕੋਨੇ ਕੋਨੇ ਵਿੱਚ ਜਾਂਦੇ ਹੋ, ਜਿਹੜਾ ਕਿਰਪਾ ਰਾਮ ਦੱਤ ਸੀ ਨਾ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ, ਉਸ ਤੋਂ ਬਾਅਦ ਉਹ ਇਸ ਗੱਲ ਨੂੰ ਬੜਾ ਦਿਲ ਦੇ ਉੱਤੇ ਲਾ ਗਿਆ ਅਤੇ ਚਮਕੌਰ ਦੀ ਜੰਗ ਦੇ ਵਿੱਚ ਇਹੀ ਕਿਰਪਾ ਰਾਮ ਦੱਤ ਨੇ ਆਪਣੀ ਸ਼ਹਾਦਤ ਵੀ ਦਿੱਤੀ ਹੈ। ਕਿੰਨੀ ਕਮਾਲ ਦੀ ਗੱਲ ਹੈ, ਉਹ ਕਹਿੰਦਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਮੁੱਲ ਨਹੀਂ ਮੋੜ ਸਕਦੇ, ਪਰ ਆਪਣਾ ਯੋਗਦਾਨ ਜ਼ਰੂਰ ਪਾਵਾਂਗੇ। ਅੱਜ ਇਹ ਵਰਦੀਧਾਰੀ ਜਿਹੜੇ ਵੀਰ ਇਸ ਤਰੀਕੇ ਦੇ ਬਿਆਨ ਦਿੰਦੇ ਨੇ, ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਜਿਹਨਾਂ ਨੂੰ ਅੱਤਵਾਦੀ ਕਹਿ ਰਿਹਾ ਨਾ, ਇਹਨਾਂ ਦੀ ਇੱਕ ਵਾਰੀ ਹਿਸਟਰੀ ਮਾੜੀ ਜਿਹੀ ਫਰੋਲ ਕੇ ਅਤੇ ਵੇਖ ਕੇ ਕੌਣ ਲੋਕ ਨੇ। ਜਦੋਂ ਰਾਜ ਕਰਦੇ ਨੇ ਅਤੇ ਇਹਨਾਂ ਦੇ ਰਾਜ ਦੇ ਵਿੱਚ ਇੱਕ ਵੀ ਰੇਪ ਨਹੀਂ, ਇਹਨਾਂ ਦੇ ਰਾਜ ਦੇ ਵਿੱਚ ਕੋਈ ਬੇਰੁਜ਼ਗਾਰ ਨਹੀਂ, ਇਹਨਾਂ ਦੇ ਰਾਜ ਦੇ ਵਿੱਚ ਕਿਸੇ ਮੰਦਰ ਮਸਜਿਦ ਦੀ ਬੇਅਦਬੀ ਨਹੀਂ ਵੱਡੇ ਵੱਡੇ ਅਹੁਦਿਆਂ ਦੇ ਉੱਤੇ, ਇਸੇ ਪ੍ਰਕਾਰ ਇਹ ਚੀਜ਼। ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਵਾਂ ਹਰਵਿੰਦਰ ਜੀ, ਇੱਕ ਦਿਨ ਨਾ ਮੈਂ ਮੇਰੇ ਖਿਆਲ ਸ਼ਾਇਦ ਕੈਨੇਡਾ ਤੋਂ ਆਇਆ ਸਾਂ ਅਤੇ ਯੂਰਪ ਜਾ ਰਿਹਾ ਸਾਂ, ਜਾਂ ਪਤਾ ਨਹੀਂ ਯੂਰਪ ਤੋਂ ਆਇਆ ਅਤੇ ਕੈਨੇਡਾ ਜਾ ਰਿਹਾ ਸਾਂ, ਮੈਨੂੰ ਉਧਰੋਂ ਸਿੱਧੀ ਫਲਾਈਟ ਨਹੀਂ ਮਿਲੀ, ਮੈਂ ਦਿੱਲੀ ਆ ਕੇ ਅਤੇ ਦਿੱਲੀ ਤੋਂ ਵਾਪਸ ਜਾ ਰਿਹਾ ਸੀ। ਮੈਂ ਤੁਹਾਨੂੰ ਹੈਰਾਨਗੀ ਦੀ ਇੱਕ ਗੱਲ ਦੱਸਦਾ ਵਾਂ, ਵਿਚਕਾਰ ਮੇਰੇ ਕੋਲ ਕੁਛ ਘੰਟੇ, ਮੈਂ ਸੋਚਿਆ ਵੀ ਜੇ ਹੁਣ ਮੈਂ ਪੰਜਾਬ ਆ ਗਿਆ ਅਤੇ ਮੈਨੂੰ ਵਕਤ ਲੱਗੇਗਾ, ਜੇ ਕਿਸੇ ਕੋਲ ਦਿੱਲੀ ਚਲਾ ਗਿਆ ਵਕਤ ਲੱਗੇਗਾ, ਮੈਂ ਉੱਥੇ ਹੀ ਥੋੜ੍ਹਾ ਜਿਹਾ ਲੇਟ ਗਿਆ, ਆਰਾਮ ਕੀਤਾ, ਆਰਾਮ ਕਰਨ ਤੋਂ ਬਾਅਦ ਉੱਠਿਆ, ਉੱਠਣ ਤੋਂ ਬਾਅਦ ਮੈਂ ਟਿਕਟ ਦੇਖ ਰਿਹਾ ਸਾਂ, ਉਹਦੇ ਉੱਪਰ ਲਿਖਿਆ ਹੋਇਆ ਸੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ। ਹੁਣ ਮੈਂ ਇੱਕ ਸਿੱਖ ਪ੍ਰਚਾਰਕ ਹਾਂ, ਮੈਂ ਬੁਲਾਰਾ ਵਾਂ, ਮੈਂ ਕਿਹਾ ਵੀ ਇੰਦਰਾ ਗਾਂਧੀ ਦੇ ਨਾਲ ਇੱਕ ਬੜੀ ਵੱਡੀ ਇੱਕ ਐਸੀ ਚੀਜ਼ ਜੁੜੀ ਹੋਈ ਹੈ, ਕਲੰਕ ਜੁੜਿਆ ਹੋਇਆ, ਕਾਲਾ ਧੱਬਾ ਜੁੜਿਆ ਹੋਇਆ, ਪਰ ਇਸੇ ਦਿੱਲੀ ਦੀ ਧਰਤੀ 'ਤੇ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਹੈ। ਜੇ ਇਸ ਏਅਰਪੋਰਟ ਦਾ ਨਾਮ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਨਾਮ 'ਤੇ ਹੋਵੇ ਅਤੇ ਇੱਥੇ ਕੋਈ ਵੀ ਵਿਦੇਸ਼ੀ ਗੋਰਾ ਉਤਰੇ, ਕਿਸੇ ਅਦਰ ਕੰਟਰੀ ਵਿੱਚੋਂ ਆਇਆ ਉਤਰੇ, ਉਹ ਆ ਕੇ ਪੁੱਛੇ ਵੀ ਗੁਰੂ ਤੇਗ ਬਹਾਦਰ ਕੌਣ ਨੇ, ਅਤੇ ਉਹਨੂੰ ਦੱਸਣ ਵਾਲਾ ਇੱਥੇ ਜਿਹੜਾ ਗਾਈਡ ਕਰਦਾ ਜਾਂ ਉਹਦੀ ਭਾਸ਼ਾ ਜਾਣਦਾ, ਉਹ ਦੱਸੇ ਵੀ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹ ਨੇ ਕਿਸੇ ਦੂਜੇ ਦਾ ਧਰਮ ਖਤਰੇ ਵਿੱਚ ਸੀ ਅਤੇ ਆਪਣੀ ਸ਼ਹਾਦਤ ਦੇ ਦਿੱਤੀ, ਇਹ ਸਿੱਖਾਂ ਦੇ ਨੌਵੇਂ ਗੁਰੂ ਨੇ, ਉਹ ਜ਼ਰੂਰ ਸਲਿਊਟ ਕਰੇਗਾ, ਸਜਦਾ ਕਰੇਗਾ ਅਤੇ ਨਾਲੇ ਗੱਲ ਕਹੇਗਾ ਵੀ ਇਸ ਤੋਂ ਵੱਡੀ ਹਿਊਮਨ ਰਾਈਟ ਦੀ ਇਗਜ਼ਾਮਪਲ ਹੋਰ ਕਿਹੜੀ ਹੋ ਸਕਦੀ ਹੈ। ਮੈਂ ਏਅਰਪੋਰਟ 'ਤੇ ਬੋਲ ਕੇ, ਫਲਾਈਟ ਸੀ, ਮੈਂ ਚਲਾ ਗਿਆ, ਮੋਬਾਈਲ ਸਾਡੇ ਬੰਦ ਹੋ ਜਾਂਦੇ ਹੈ, ਸਫ਼ਰ ਸੀ ਲੰਬਾ, ਮੈਂ ਉੱਥੇ ਅਪੜਿਆ, ਉੱਥੇ ਜਾ ਕੇ ਮੈਂ ਵਾਈਫਾਈ ਤੋਂ ਉਹਨਾਂ ਦੇ ਨਾਲ ਕੁਨੈਕਟ ਕੀਤਾ ਫੋਨ, ਜਦੋਂ ਮੈਂ ਵੇਖਿਆ ਵੀਰ ਜੀ ਮੈਨੂੰ ਗਾਲ ਬਹੁਤ ਲੋਕਾਂ ਨੇ ਕੱਢੀ, ਮੈਨੂੰ ਮੇਰੇ ਬ੍ਰਦਰ ਦੀ ਕਾਲ ਆਈ, ਜਲਦੀ ਇਹ ਵੀਡੀਓ ਰਿਮੂਵ ਕਰ ਦੇ, ਲੋਕਾਂ ਨੇ ਤੈਨੂੰ ਗਾਲਾਂ ਬਹੁਤ ਕੱਢੀਆਂ ਨੇ। ਮੈਂ ਕਿਹਾ ਗਾਲਾਂ ਕਰਕੇ ਜੇ ਵੀਡੀਓ ਰਿਮੂਵ ਕਰ ਦਿੱਤੀ ਫਿਰ ਤਾਂ ਮੈਂ ਕਮਜ਼ੋਰ ਬੰਦਾ ਵਾਂ, ਮੈਂ ਲੌਜਿਕ ਦਿੱਤਾ, ਲੌਜਿਕ ਨਾਲ ਮੇਰੇ ਲੌਜਿਕ ਨੂੰ ਕੱਟ ਦੇਣ, ਗੱਲ ਖਤਮ ਹੈ। ਮੇਰਾ ਇੱਕ ਲੌਜਿਕ ਹੈ ਵੀ ਇੰਦਰਾ ਗਾਂਧੀ ਦੇ ਨਾਲ ਇੱਕ ਬਹੁਤ ਵੱਡਾ ਵਿਵਾਦ ਜੁੜਿਆ ਹੋਇਆ, ਇੰਦਰਾ ਗਾਂਧੀ ਦੇ ਨਾਮ ਦੇ ਨਾਲ ਇੱਕ ਐਸਾ ਧੱਬਾ ਜੁੜਿਆ ਹੋਇਆ ਜਿਹਨੂੰ ਸਿੱਖ ਕਦੀ ਵੀ ਚੰਗਾ ਨਹੀਂ ਸਮਝਦੇ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਨਾਮ ਆਏਗਾ ਹਿੰਦੂ ਵੀ ਪਿਆਰ ਕਰੇਗਾ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਆਏਗਾ ਸਿੱਖ ਵੀ ਪ੍ਰਾਊਡ ਕਰੇਗਾ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਆਏਗਾ ਤਾਂ ਦੁਨੀਆ ਦੇ ਵਿੱਚੋਂ ਕੋਈ ਆਇਆ ਹੋਵੇਗਾ ਨਾ, ਉਹ ਕਹੇਗਾ ਇਹਦੋਂ ਵੱਡੀ ਇਗਜ਼ਾਮਪਲ ਕੋਈ ਨਹੀਂ ਹੋ ਸਕਦੀ।
ਤੇ ਉਹ ਕਿੰਨਾ ਮਾਣ ਔਰ ਅਦਬ ਮਹਿਸੂਸ ਕਰੇਗਾ ਇਸ ਕੰਟਰੀ ਦੇ ਗੁਲਦਸਤੇ ਨੂੰ ਪੂਜਣ ਔਰ ਗੁਲਦਸਤਾ ਮੈਂ ਕਹਿੰਦਾ ਗੁਲਦਸਤਾ ਇੱਥੋਂ ਆਵੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਵਿੱਚ ਵੇਖੋ ਕਿੰਨੇ ਭਗਤ ਨੇ, ਹੈ ਨਾ, ਬੋਲੀਆਂ ਵੱਖੋ ਵੱਖਰੀਆਂ, ਜਗ੍ਹਾ ਵੱਖੋ ਵੱਖਰੀਆਂ। ਜੇ ਨਾਮਦੇਵ ਜੀ ਮਹਾਰਾਸ਼ਟਰਾ ਵਿੱਚੋਂ ਨੇ, ਹੈ ਨਾ, ਅਦਰ ਕਿਸੇ ਹੋਰ ਜਗ੍ਹਾ ਤੋਂ ਨੇ, ਕਿਸੇ ਹੋਰ ਜਗ੍ਹਾ ਤੋਂ, ਜਾਤ ਵੱਖੋ ਵੱਖਰੀ, ਬੋਲੀ ਵੱਖੋ ਵੱਖਰੀ, ਪਰ ਸਾਰੇ ਗੁਲਦਸਤਾ ਕਹਿਣਾ। ਹੁਣ ਅੰਦਾਜ਼ਾ ਲਾ ਕੇ ਵੇਖੋ ਵੀ ਇਹਨਾਂ ਨੂੰ ਮੰਨਣ ਵਾਲੇ ਇੱਕ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਨਹੀਂ ਬਹਿੰਦੇ, ਪਰ ਉਹ ਸਦੀਆਂ ਤੋਂ ਇਕੱਠੇ ਹੋ ਕੇ ਬੈਠੇ ਨੇ। ਫਿਰ ਸਿੱਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਕੁਛ ਨਹੀਂ, ਉਹ ਵੀ ਤਾਂ ਗੁਲਦਸਤਾ ਹੈ, ਬੜਾ ਵਧੀਆ ਸਾਨੂੰ ਕਿਵੇਂ ਮਿਲ ਕੇ ਰਹਿਣਾ ਦੱਸਿਆ ਇਹ ਚੀਜ਼ਾਂ। ਸੋ ਇਹ ਜਿਹੜਾ ਪੁਲਿਸ ਵਾਲੇ ਨੇ ਗੱਲ ਕਹੀ ਹੈ ਨਾ, ਇਹਨਾਂ ਨੂੰ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਵੀ ਕਿਰਪਾ ਕਰਕੇ ਆਪਣੇ ਪੁਰਖਿਆਂ ਨੂੰ, ਸਾਨੂੰ ਨਾ ਪੁੱਛੋ, ਆਪਣੇ ਪੁਰਖਿਆਂ ਨੂੰ ਪੁੱਛੋ ਵੀ ਇਹ ਕੌਣ ਲੋਕ ਨੇ, ਅਤੇ ਜਿਸ ਤਰਾਈ ਦੇ ਇਲਾਕੇ ਵਿੱਚ ਬਿਆਨ ਦੇ ਰਹੇ ਆ ਨਾ, ਉਹ ਤਰਾਈ ਦਾ ਇਲਾਕਾ ਪੈ ਜਾਂਦਾ, ਲਖੀਮਪੁਰ ਖੀਰੀ ਵਾਲਾ ਪਾਸਾ ਪੈ ਜਾਂਦਾ, ਤਰਾਈ ਦਾ ਇਲਾਕਾ ਬੋਲਦੇ ਨੇ। ਮੈਂ ਉੱਥੇ ਕਥਾ ਸਮਾਗਮਾਂ ਦੇ ਲਈ ਜਾਣਾ ਵਾਂ, ਉਸ ਇਲਾਕੇ ਨੂੰ ਆਬਾਦ ਕਰਨ ਵਾਲੇ ਵੀ ਸਿੱਖ ਨੇ। ਸਿੱਖਾਂ ਦਾ ਭਾਰਤ ਦੀ ਹਰ ਖੁਸ਼ਹਾਲੀ ਦੇ ਵਿੱਚ ਯੋਗਦਾਨ, ਇਹਦੀ ਆਜ਼ਾਦੀ ਦੇ ਵਿੱਚ ਯੋਗਦਾਨ, ਹਰ ਚੀਜ਼ ਦੇ ਵਿੱਚ ਇਹਨਾਂ ਨੇ ਯੋਗਦਾਨ ਪਾਇਆ। ਅਤੇ ਜਦੋਂ ਇਹੋ ਜਿਹਾ ਮੂਰਖ ਬੰਦਾ ਇਹ ਬਿਆਨ ਦਿੰਦਾ ਤਾਂ ਸਰਕਾਰ ਨੂੰ ਚਾਹੀਦਾ ਵਰਦੀ ਲੈ ਕੇ ਅਤੇ ਘਰ ਤੋਰਿਆ ਜਾਵੇ, ਤੂੰ ਵਰਦੀ ਪਾ ਕੇ ਇੱਕ ਕਮਿਊਨਿਟੀ ਦਾ ਅਪਮਾਨ ਕੀਤਾ। ਇਸੇ ਤੁਹਾਡੀ ਗੱਲ ਦੇ ਨਾਲ ਗੱਲ ਇੱਕ ਹੋਰ ਜੋੜ ਦੇਵਾਂ ਭਾਈ ਸਾਹਿਬ ਜੀ, ਜਦੋਂ ਕੋਈ ਇੱਕ ਸਿੱਖ ਇਹੋ ਜਿਹੀ ਗੱਲ ਕਰਦਾ ਹੈ ਤਾਂ ਉਹਨੂੰ ਪਤਾਲ ਦੇ ਵਿੱਚੋਂ ਵੀ ਖੋਜ ਕੇ ਲਿਆਇਆ ਜਾਂਦਾ। ਹੋਈ ਸੀ ਘਟਨਾ ਏਅਰਪੋਰਟ ਦੇ ਵਿੱਚ ਜਿਹੜਾ ਉਹਨੇ ਥੱਪੜ ਕਾਂਡ ਦੀ ਜੇਕਰ ਮੈਂ ਗੱਲ ਕਰਾਂ, ਠੀਕ ਹੈ ਨਾ, ਬਦਲੀ ਹੋਈ ਉਹਨੇ ਸਿਵਲ ਡਰੈਸ ਦੇ ਵਿੱਚ ਮਾਰਿਆ ਹੁੰਦਾ ਜੀ, ਅਤੇ ਫਿਰ ਕੋਈ ਗਲਤੀ ਨਹੀਂ ਸੀ, ਉਹਨੇ ਯੂਨੀਫਾਰਮ ਪਾਈ ਸੀ, ਇਸ ਕਰਕੇ ਉਹਨੇ ਪੂਰੇ CISF ਤੇ ਧੱਬਾ ਬਣਾ ਦਿੱਤਾ ਜੀ। ਤੇ ਅੱਜ ਉਹੀ ਪੁਲਿਸ ਦੀ ਯੂਨੀਫਾਰਮ ਵਿੱਚ ਬੈਠਾ ਕਹਿ ਰਿਹਾ ਕਿ ਇਹ ਵੱਖਵਾਦੀ ਨੇ, ਇਹ ਤਾਂ ਅੰਦੋਲਨ ਜੀਵੀ ਨੇ, ਇਹ ਤਾਂ ਖਾਲਿਸਤਾਨੀ ਨੇ, ਤੇ ਇਹਦੇ ਨਾਲ ਆਪਾਂ ਗੱਲਬਾਤ ਨਹੀਂ ਕਰਨੀ, ਤੇ ਹੁਣ ਤੇ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ, ਇਹ ਤੇ ਪੂਰੇ ਸਮਾਜ ਦੇ ਉੱਪਰ ਧੱਬਾ ਬਣਾ ਦਿੱਤਾ ਗਿਆ, ਹੁਣ ਤੁਸੀਂ ਕੀ ਐਕਸ਼ਨ ਲੈਣ ਜਾ ਰਹੇ ਹੋ? ਅਗਲਾ ਸਵਾਲ ਤਾਂ ਇਹੀ ਹੋਣਾ ਚਾਹੀਦਾ। ਬਿਲਕੁਲ, ਬਹੁਤ ਵੱਡਾ ਸਵਾਲ ਹੋਣਾ ਚਾਹੀਦਾ। ਔਰ ਮੈਂ ਕਹਿੰਦਾ ਜੇ ਉਸ ਨੂੰ ਇਸ ਤਰੀਕੇ ਨਾਲ ਖਤਮ ਕਰ ਦਿੱਤਾ ਜਾਂਦਾ, ਉਹਨੂੰ ਆਪਣੇ ਘਰ ਤੋੜ ਦਿੱਤਾ ਜਾਂਦਾ, ਤੇ ਸ਼ਾਇਦ ਇਹਨੂੰ ਸਾਨੂੰ ਐਸਾ ਲੱਗੇਗਾ ਵੀ ਉਹ ਬਿਆਨ ਇੱਕ ਬੰਦੇ ਦੀ ਮਾਨਸਿਕਤਾ ਨਾਲ ਜੁੜਿਆ ਸੀ, ਕਮਿਊਨਿਟੀ ਦੀ ਮਾਨਸਿਕਤਾ ਦੇ ਨਾਲ ਨਹੀਂ। ਪਰ ਜੇ ਕੁਝ ਲੋਕ ਉਸ ਬਿਆਨ ਦਾ ਸਮਰਥਨ ਕਰਦੇ ਨੇ ਤਾਂ ਫਿਰ ਉਹ ਬਿਆਨ ਇੱਕ ਪਰਸਨ ਵੱਲੋਂ ਨਹੀਂ ਗਿਣਿਆ ਜਾਏਗਾ, ਕਮਿਊਨਿਟੀ ਵੱਲੋਂ ਗਿਣਿਆ ਜਾਏਗਾ।